ਜਗਜੀਤ ਸਿੰਘ ਜੀ, ਕੀ ਹਾਲ ਚਾਲ? ਫਿਰ ਬਸ ਵਾਹਿਗੁਰੂ ਦੀ ਕਿਰਪਾ, ਤੁਸੀਂ ਆਪਣਾ ਸੁਣਾਓ। ਵਧੀਆ ਜੀ, ਫਸਟ ਕਲਾਸ। ਕਿੱਦਾਂ ਚੱਲ ਰਿਹਾ ਕਾਰੋਬਾਰ? ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ, ਲੱਖ ਲੱਖ ਸ਼ੁਕਰੀਆ। ਪੰਜਾਬ ਲੈ ਚੱਲੀਏ ਨਾ ਜੀ, ਬਸ ਥੈਂਕ ਯੂ। ਪੰਜਾਬ ਤੋਂ ਤਾਂ ਹੱਥ ਆਪਣੇ ਦੂਰੋਂ ਹੀ ਜੋੜੇ ਆ। ਕਿਉਂ, ਕੀ ਹੋ ਗਿਆ? ਵੀਰ ਕਮਾਲ ਦੀ ਗੱਲ ਆ, ਉੱਥੇ ਤਾਂ ਨੀ ਕਿ ਦੂਜਾ ਜਾ ਕੇ ਉੱਥੇ ਲੁੱਟ ਥੋੜਾ ਹੋਣਾ। ਜਿਹੜੇ ਚਾਰ ਛੇ ਜਿਹੜੇ ਇੱਥੇ ਇੱਥੇ ਜੋੜੇ ਹੋ, ਉੱਥੇ ਉੱਥੇ ਜਾਂਦੇ ਆ ਸਰ, ਵੱਧ ਜਾਣੇ, ਕਹਿੰਦੇ ਖੋ ਖੋ ਕੇ ਰੱਖ ਲੈਣੇ, ਆਪਾਂ ਨੀ ਜਾਂਦੇ ਵੀ। ਚਿੱਟੇ ਦੇ ਉੱਤੇ ਨਿਆਣੇ ਲਾਏ ਪਏ ਉੱਥੇ ਬਦਲ ਕੇ ਡੱਬਰ ਨੇ। ਉਸ ਤੋਂ ਬਾਅਦ ਤੁਸੀਂ ਇੱਥੋਂ ਉਤਰਦੇ ਬਾਅਦ ਦੇ ਵਿੱਚ ਆ ਆਪਣੇ ਦਿੱਲੀ, ਹਾਂਜੀ ਹਾਂਜੀ, ਤੇ ਇਧਰੋਂ ਜਿਵੇਂ ਹੀ ਆਪਾਂ ਅੰਬਾਲਾ ਟੱਪਦੇ ਆ ਤੇ ਮੂਹਰੇ ਨਾਲ ਹੀ ਡਾਕੂ ਉੱਥੇ ਖੜੇ ਆ ਜਿਹੜੇ ਇਹਨਾਂ ਦੇ ਪਾਲਤੂ ਹੈਗੇ ਆ। ਲੁੱਟ ਪੂਰੀ ਚਾਰ ਚਾਰ ਚਿਹਰੇ। ਮੈਂ ਤਾਂ ਕਿ ਤੁਹਾਨੂੰ ਵੀ ਕਹਿੰਦਾ ਕਿ ਤੁਸੀਂ ਨਾ ਜਾਵੋ। ਔਰ ਉਸ ਤੋਂ ਬਾਅਦ ਆਣ ਕੇ ਝੂਠੇ ਪਰਚੇ, ਜਿਹੜਾ ਬੰਦਾ ਦੇਖਦੇ ਕਿ ਬਾਹਰੋਂ ਆਇਆ ਆ, ਵੀ ਇੱਥੇ ਆਣ ਕੇ ਕਹੋ ਵੀ ਕੋਈ ਇਹ ਆਵਾਜ਼ ਨਾ ਉਠਾ ਦੇਵੇ, ਉਹਨੂੰ ਚੱਕ ਸਿੱਧਾ ਅੰਦਰ। ਮੈਨੂੰ ਤਾਂ ਭਾਈ ਡਰਾਈ ਪਰ ਹੁਣ ਇੱਕ ਨਵੀਂ ਜਿਹਨੂੰ ਕਹਿ ਸਕਦੇ ਆ ਉਮੀਦ ਦੀ ਕਿਰਨ ਆਈ ਆ ਜੀ, ਆਮ ਆਦਮੀ ਪਾਰਟੀ। ਮੈਂ ਉਧਰੋਂ ਹੀ ਆ ਰਿਹਾ ਜੀ, ਮੈਂ ਇੱਥੇ ਥੋੜਾ ਬਹੁਤ ਆਮ ਆਦਮੀ ਪਾਰਟੀ ਜਿਹੜੀ ਯੂਨਿਟ ਹੈਗੀ ਆ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਪਏ ਆ ਬਹੁਤ ਸਾਰੇ। ਮੈਂ ਪੰਜਾਬ ਨੂੰ ਆਪਾਂ ਨੂੰ ਦੁਬਾਰਾ ਆਜ਼ਾਦ ਕਰਾਉਣਾ ਪੈਣਾ ਜੀ। ਤੁਸੀਂ ਦੇਖਿਆ ਹੀ ਆ ਕਿ ਦਿੱਲੀ ਦੇ ਵਿੱਚ ਕਿੰਨਾ ਸੋਹਣਾ ਕੰਮ ਕੀਤਾ ਆ, ਮੁਹੱਲਾ ਕਲੀਨਿਕ ਬਣਾਏ ਆ, ਸਕੂਲਾਂ ਦਾ ਹਾਲ ਕਿੰਨਾ ਬਦਲ ਗਿਆ ਹੈਗਾ ਆ, ਜਦੋਂ ਕਿ ਹਜੇ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆ ਉਹਨੇ ਬਹੁਤ ਅੜਚਣਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਫਿਰ ਵੀ ਆਮ ਆਦਮੀ ਪਾਰਟੀ ਨੇ ਜੋ ਕੰਮ ਕਰਕੇ ਦਿਖਾਇਆ 67 ਸਾਲ ਦੀ ਹਿਸਟਰੀ ਦੇ ਵਿੱਚ ਕਿਸੇ ਨੇ ਵੀ ਨਹੀਂ ਕਰ ਸਕੀ। ਅਤੇ ਪੰਜਾਬ ਦੇ ਵਿੱਚ ਵੀ ਉਹੀ ਜਿਹੜਾ ਚੀਜ਼ ਹੈਗੀ ਦਿੱਲੀ ਦੇ ਵਿੱਚ ਆ, ਉਸ ਤੋਂ ਵੀ ਵੱਧ ਚੜ੍ਹ ਕੇ ਆਏਗੀ, ਕਿਉਂਕਿ ਪੰਜਾਬ ਤਾਂ ਪੂਰੀ ਸਟੇਟ ਹੈਗੀ ਆ ਅਤੇ ਉੱਥੇ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੇ ਤਰੀਕੇ ਨਾਲ ਆਉਣਗੀਆਂ। ਇੰਡਸਟਰੀਆਂ ਦਾ ਕਿੱਦਾਂ ਪੰਜਾਬ ਦੇ ਵਿੱਚ? ਜਦੋਂ ਮੈਂ ਛੱਡ ਕੇ ਆਈ ਸੀ ਉੱਥੇ ਕੋਈ ਆਈਟੀ ਇੰਡਸਟਰੀ ਨਹੀਂ ਹੈਗੀ ਸੀ, ਕੁਛ ਆਏਗਾ? ਕੋਈ ਹੈ ਉਹਨਾਂ ਦਾ ਪਲਾਨ ਕਿ ਲੋਕਾਂ ਨੂੰ ਰੁਜ਼ਗਾਰ ਕਿੱਥੋਂ ਮਿਲਣਗੇ? ਹਾਂਜੀ, ਤੁਸੀਂ ਹੁਣੇ ਤੁਸੀਂ ਦੇਖਿਆ ਹੋਏਗਾ ਕਿ ਬਈ ਯੂਥ ਮੈਨੀਫੈਸਟੋ ਨਿਕਲਿਆ ਸੀ, ਉਹਦੇ ਵਿੱਚ ਕਿਹਾ ਸੀ ਕਿ ਬਈ 25 ਲੱਖ ਜੋਬਾਂ ਦੇਵਾਂਗੇ ਅਸੀਂ। ਪੰਜ ਸਾਲਾਂ ਦੇ ਵਿੱਚ ਪੱਚੀ ਲੱਖ ਜੋਬਾਂ ਕ੍ਰੀਏਟ ਕੀਤੀਆਂ ਜਾਣਗੀਆਂ ਤੇ ਜਿਹੜੇ ਜਿੱਦਾਂ ਟੈਂਡਰ ਹੁੰਦੇ ਸੀ, ਜਿਹੜੇ ਠੇਕੇ ਹੁੰਦੇ ਸੀ, ਉਹ ਜਿਹੜੇ ਯੂਥ ਆ ਉਹਨਾਂ ਨੂੰ ਦਿੱਤੇ ਜਾਣਗੇ, ਨਾ ਕਿ ਜਿਹੜੇ ਆਪਣੇ ਉਹਦੇ ਟੱਬਰ ਦੇ ਬੰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਿਹੜੇ ਆਪਾਂ NRI ਇੱਥੇ ਹੈਗੇ ਆ, ਆਪਾਂ ਆਮ ਆਦਮੀ ਪਾਰਟੀ ਦੀ ਸਪੋਰਟ ਕਿੱਦਾਂ ਕਰ ਸਕਦੇ ਆ ਇੱਕ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਵਾਸਤੇ? ਕਿਉਂਕਿ ਆਪਾਂ ਕੰਮ ਤੇ ਇੱਥੇ ਕਰਦੇ ਆ, ਕਾਰੋਬਾਰ ਇੱਥੇ ਕਰਦੇ ਆ, ਬਿਲਕੁਲ, ਪਰ ਆਪਣਾ ਜਿਹੜਾ ਬਾਦਲਾਂ ਜਿਹੜੇ ਡੰਡੇ ਆ ਨਾ,
ਉਹਨਾਂ ਦੇ ਖਾਣ ਤੋਂ ਬਗੈਰ ਸਾਰੇ ਕੰਮ ਕਰ ਸਕਦੇ ਹਾਂ ਅਸੀਂ। ਜਿਹਨਾਂ ਹੁਣੇ ਅਸੀਂ ਇੱਥੇ ਨਵੀਂ ਨਵੀਂ ਕਾਲਿੰਗ ਕੈਂਪੇਨ ਸ਼ੁਰੂ ਕੀਤੀ ਆ, ਕੋਈ ਵੀ ਬੰਦਾ ਜਿਹੜਾ ਪੰਜਾਬ 'ਚ ਅਤੇ ਜਾਂ ਆਪਣੇ ਤੁਸੀਂ ਇਲਾਕੇ 'ਚ ਕਰ ਸਕਦੇ, ਤੁਸੀਂ ਪੂਰੇ ਪੰਜਾਬ ਦੇ ਵਿੱਚ ਕਰ ਸਕਦੇ ਹੋ। ਤੁਸੀਂ ਜ਼ਰੂਰੀ ਨਹੀਂ ਕਿ ਪੰਜਾਬੀ ਬੋਲਣੀ ਆਉਣੀ ਚਾਹੀਦੀ ਹੈ, ਕਿਉਂਕਿ ਪੰਜਾਬੀ ਤੋਂ ਇਲਾਵਾ ਵੀ ਹੋਰ ਵੀ ਤਬਕੇ ਦੇ ਲੋਕ ਹੈਗੇ ਆ, ਜਿਹੜੇ ਹਿੰਦੂ ਹੈਗੇ ਆ, ਹਿੰਦੀ ਹਿੰਦੀ ਭਾਸ਼ੀ ਹੈਗੇ ਆ, ਉਹ ਬਿਲਕੁਲ 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 ਤੁਸੀਂ ਰਜਿਸਟਰ ਕਰੋ, ਇਹਦਾ ਨੰਬਰ ਆਈ ਜਾਣੇ, ਬਹੁਤ ਸੌਖਾ ਕੰਮ ਆ। ਦੂਜਾ ਆਪਾਂ ਇੰਡੀਅਨ ਪਾਸਪੋਰਟ ਹੋਲਡਰ ਆਪਣੇ ਡੋਨੇਸ਼ਨ ਕਰ ਸਕਦੇ ਆ ਸਿੱਧੀ ਜੀ। ਜਿੱਦਾਂ ਮੇਰੇ ਕੋਲ ਇੰਡੀਅਨ ਪਾਸਪੋਰਟ ਆ, ਮੈਂ ਸਿੱਧਾ ਹੀ ਆਮ ਆਦਮੀ ਪਾਰਟੀ ਦੇ ਅਕਾਊਂਟ ਵਿੱਚ ਪੈਸੇ ਜਿਹੜੀ ਆਮ ਆਦਮੀ ਪਾਰਟੀ ਦੇ ਗਰੁੱਪ ਆ ਵਟਸਐਪ ਦੇ ਗਰੁੱਪ ਆ ਉਹਨਾਂ ਨੂੰ ਜੁਆਇਨ ਕਰੋ, ਫੇਸਬੁੱਕ ਦੇ ਗਰੁੱਪ ਆ ਉਹਨਾਂ ਨੂੰ ਜੁਆਇਨ ਕਰੋ ਤੇ ਜਿਹੜੀ ਆਮ ਆਦਮੀ ਪਾਰਟੀ ਯੂਕੇ ਦੀ ਯੂਨਿਟ ਆ ਉਹ ਵੀ ਸਾਡੀ ਸੋਸ਼ਲ ਮੀਡੀਆ ਦੀ ਇੱਕ ਟੀਮ ਬਣੀ ਆ, ਉ
ਯੂਕੇ ਦੀ ਜਿਹੜੀ ਯੂਨਿਟ ਆ ਉਹਨੂੰ ਜੁਆਇਨ ਕਰਨ ਵਾਸਤੇ ਕੀ ਆਪਾਂ ਨੂੰ ਫੋਲੋ ਕਰਨਾ ਪੈਣਾ ਆ? ਆਮ ਆਦਮੀ ਪਾਰਟੀ ਦੀ ਵੈਬਸਾਈਟ ਵੀ ਹੈਗੀ ਆ ਜੀ, ਉਹਨਾਂ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਅੱਛਾ ਜੀ। ਹਾਂਜੀ, ਫੇਸਬੁੱਕ ਤੇ ਤੁਸੀਂ ਜਿੱਦਾਂ ਸੋਸ਼ਲ ਮੀਡੀਆ ਵਾਲੇ ਭਾਜੀ ਨੇ ਬੋਲਿਆ, ਸੋਸ਼ਲ ਮੀਡੀਆ ਤੇ ਵੀ ਤੁਸੀਂ ਜਾ ਕੇ ਕਰ ਸਕਦੇ ਹੋ। ਫੇਸਬੁੱਕ ਦੇ ਉਤਨਾ ਪੇਜ ਹੈਗਾ ਆ ਆਮ ਆਦਮੀ ਪਾਰਟੀ ਯੂਕੇ ਦਾ, ਤੇ ਟਵਿੱਟਰ ਤੇ ਰਾਹੀਂ ਵੀ ਤੁਸੀਂ ਜੁੜ ਸਕਦੇ ਹੋ। ਤੁਸੀਂ ਵਟਸਐਪ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਵਟਸਐਪ ਦੇ ਗਰੁੱਪ ਹੈਗੇ ਆ। ਨਗਰ ਕੀਰਤਨ ਤੇ ਨਹੀਂ ਆਪਾਂ ਗਏ ਸੀਗੇ, ਉੱਥੇ ਉਹ ਪਾਣੀ ਦੀ ਬੋਟਲ ਜਿਹੜੀ ਇਹ ਲੋਕ ਦੇ ਰਹੇ ਸੀਗੇ ਉਹਦਾ ਤਾਂ ਚੀਚੇ ਹੋਣਾ ਜੇ ਇੱਕ ਵਾਰੀ ਉੱਤੇ ਲੱਗਾ ਹੋਇਆ ਸੀ ਸਟਿੱਕਰ ਪੂਰਾ। ਮੈਂ ਬੜਾ ਪ੍ਰਭਾਵਿਤ ਹੋਇਆ ਤੁਹਾਡੀਆਂ ਗੱਲਾਂ ਤੋਂ ਸੁਣ ਕੇ। ਆਮ ਆਦਮੀ ਪਾਰਟੀ ਜੋ ਕਰ ਰਹੀ ਆ ਪੰਜਾਬ 'ਚ ਬਹੁਤ ਵਧੀਆ ਕਰ ਰਹੀ ਆ, ਔਰ ਕੇਜਰੀਵਾਲ ਸਾਹਿਬ ਦੀ ਸੋਚ ਜਿਹੜੀ ਆ ਬਹੁਤ ਹੀ ਵਧੀਆ। ਮੈਂ ਪੰਜਾਬ ਜਾ ਰਿਹਾ ਅਤੇ ਮੈਂ ਸਾਰਿਆਂ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੀ ਚਲੋ ਪੰਜਾਬ ਕੇਜਰੀਵਾਲ ਸਾਹਿਬ ਦੀ ਸੋਚ ਦੇ ਨਾਲ ਆਪਾਂ ਜੁੜੀਏ, ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਨੂੰ ਬਚਾਈਏ, ਨਸ਼ਾ ਮੁਕਤ ਪੰਜਾਬ ਬਣਾਈਏ ਆਪਾਂ। ਅਤੇ ਮੈਂ ਤਿਆਰ ਹਾਂ ਜੀ ਬਿਲਕੁਲ। ਜੇ ਇੰਨਾ ਕਹਿ ਲਓ ਕੋਈ ਦੂਜਾ ਇੰਨਾ ਕੁਛ ਕਰ ਰਹੀ ਹੈ ਆਮ ਆਦਮੀ ਪਾਰਟੀ, ਅਤੇ ਫਿਰ ਤਾਂ ਮਤਲਬ ਕਿ ਮੈਨੂੰ ਵੀ ਆਪਣਾ ਚਲੋ ਚੇਂਜ ਕਰਨਾ ਪੈਣਾ, ਫਿਰ ਤਾਂ ਮੈਂ ਵੀ ਜਾਊਂਗਾ। ਉੱਥੇ ਆਪਾਂ ਸਾਰੇ ਲੋਕਾਂ ਨੂੰ ਅਵੇਅਰ ਕਰਾਂਗੇ, ਦੱਸਾਂਗੇ, ਆਮ ਆਦਮੀ ਪਾਰਟੀ ਵੱਲ ਦੱਸਾਂਗੇ। ਪੰਜਾਬ ਤਾਂ ਆਪਾਂ ਜਾਣਾ ਜਦੋਂ ਆਪਣਾ ਚੋਣਾਂ ਦੇ ਲਾਗੇ ਜਾ ਸਕਦੇ, ਪਰ ਇਸ ਟਾਈਮ ਇੱਥੇ ਲੋੜ ਹੈਗੀ ਹੈ ਯੂਕੇ ਦੇ ਵਿੱਚ ਵੀ, ਜਿਹੜੀਆਂ ਤੁਹਾਨੂੰ ਮੈਂ 3-4 ਚੀਜ਼ਾਂ ਦੱਸੀਆਂ। ਕਾਲਿੰਗ ਕੈਂਪੇਨ ਦੇ ਨਾਲ ਜੁੜੋ, ਫੰਡ ਰੇਜ਼ਿੰਗ ਦੇ ਵਿੱਚ ਨਾਲ ਜੁੜੋ, ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਜੁੜੋ, ਅਤੇ ਜਿਹੜੀ ਅਵੇਅਰਨੈਸ ਕੈਂਪੇਨ ਹੈਗੀ ਆ ਪੂਰੇ ਯੂਕੇ ਦੇ ਵਿੱਚ ਆਪਾਂ ਕਰਦੇ ਪਏ ਹਾਂ ਉਹਦੇ ਵਿੱਚ ਵੀ ਜੁੜੋ, ਅਤੇ ਤੁਹਾਡੇ ਇਲਾਕੇ 'ਚ ਵੀ ਜਿਹੜੀ ਟੀਮ ਆ ਸਾਨੂੰ ਦੱਸੋ, ਤੁਸੀਂ ਆਗੂ ਅੱਗੇ ਲੱਗੋ, ਇਹ ਟੀਮਾਂ ਬਣਾਓ ਅਤੇ ਉੱਥੋਂ ਕੰਮ ਸ਼ੁਰੂ ਕਰੀਏ ਆਪਾਂ। ਚੱਕਰੇ ਮੇਰਾ ਇੱਕ ਦਿਲ ਕਰਦਾ ਨਾਰਾ ਲਾਉਣ ਨੂੰ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ।